ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਗੁਰਾਇਆ ਇਲਾਕੇ ਵਿੱਚ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਵਿੱਚ ਦਿਨ ਪਰ ਦਿਨ ਵਾਧਾ ਹੋ ਰਿਹਾ ਹੈ। ਲੁਟੇਰਿਆਂ ਨੇ ਲੁੱਟ ਦੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਕਲਵਾਈ ਪਾਸੋਂ ਹਜ਼ਾਰਾਂ ਰੁਪਏ ਅਤੇ ਮੋਬਾਈਲ ਫੋਨ ਦੀ ਲੁੱਟਖੋਹ ਕੀਤੀ। ਲੁੱਟ ਦਾ ਸ਼ਿਕਾਰ ਹੋਏ ਛੋਟਾ ਯਾਦਵ ਪੁੱਤਰ ਰਾਮ ਚੰਦਰ ਯਾਦਵ ਵਾਸੀ ਪਿੰਡ ਸੰਘ ਢੇਸੀਆਂ ਨੇ ਦੱਸਿਆ ਕਿ ਉਹ ਮਠੱਡਾ ਕਲਾਂ ਵਿਖੇ ਹਲਵਾਈ ਦੀ ਦੁਕਾਨ ਕਰਦਾ ਹੈ। ਰਾਤ 9 ਵਜੇ ਦੇ ਕਰੀਬ ਉਹ ਆਪਣੀ ਦੁਕਾਨ ਤੋਂ ਆਪਣੀਆਂ ਦੋ ਬੇਟੀਆਂ ਨਾਲ ਆਪਣੇ ਘਰ ਪਿੰਡ ਸੰਘ ਢੇਸੀਆਂ ਵਿਖੇ ਆ ਰਿਹਾ ਸੀ। ਜਦ ਉਹ ਮਠੱਡਾ ਤੋਂ ਨਵਾਂ ਪਿੰਡ ਵਿਚਕਾਰ ਬਣੀ ਹੱਡਾ ਰੋੜੀ ਕੋਲ ਪੁੱਜਾ ਤਾਂ ਪਿੱਛੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਦੋ ਲੁਟੇਰਿਆਂ ਨੇ ਅੱਗੇ ਲੰਘ ਕੇ ਮੋਟਰਸਾਈਕਲ ਰੋਕਿਆ ਅਤੇ ਮੋਟਰਸਾਈਕਲ 'ਤੇ ਜਾ ਰਹੇ ਛੋਟਾ ਯਾਦਵ ਨੂੰ ਰੋਕ ਕੇ ਉਸਦੇ ਸਿਰ ਉੱਤੇ ਦਾਤਰ ਨਾਲ ਵਾਰ ਕੀਤਾ ਅਤੇ ਉਸਦੀ ਜੇਬ ਵਿੱਚੋਂ ਉਸਦਾ ਬਟੂਆ ਅਤੇ ਮਹਿੰਗੀ ਕੀਮਤ ਵਾਲਾ ਮੋਬਾਈਲ ਫੋਨ ਕੱਢ ਲਿਆ। ਉਸਨੇ ਦੱਸਿਆ ਕਿ ਉਸਦੇ ਬਟੂਏ ਵਿੱਚ 10,000 ਰੁਪਏ ਨਕਦ, ਮੋਟਰਸਾਈਕਲ ਦੇ ਕਾਗਜ਼ਾਤ ਅਤੇ ਉਸਦਾ ਲਾਇਸੈਂਸ ਸੀ। ਇਸ ਸੰਬੰਧੀ ਉਹਨਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਛੋਟੇ ਯਾਦਵ ਹੈ ਜੀ, ਮਠੱਡਾ ਕਲਾਂ ਮੇਰੀ ਦੁਕਾਨ ਆ, ਸੰਘ ਢੇਸੀਆਂ ਮੇਰਾ ਪਿੰਡ ਆ। ਇੱਥੋਂ 9:10 'ਚ ਮੈਂ ਬੱਚਿਆਂ ਦੇ ਨਾਲ ਦੁਕਾਨ ਬੰਦ ਕਰਕੇ ਜਾਂਦਾ ਹੋਇਆ ਸੀ। ਬੰਦਿਆਂ ਨੇ ਪਿੱਛਾ ਕਰਕੇ ਉੱਥੇ ਇਹ ਨਵੇਂ ਪਿੰਡ ਵਾਲੇ ਰਾਹ 'ਤੇ ਹੱਡਾ ਰੋੜੀ ਲੰਘ ਕੇ ਉੱਥੇ ਖੂਹ ਦੇ ਕੋਲ ਰੋਕ ਕੇ ਉਹਨਾਂ ਨੇ ਦਾਤ ਨਾਲ ਇੱਦਾਂ ਸਿੱਧਾ ਕਰਕੇ ਦਾਤ ਮੇਰੇ ਸਿਰ 'ਚ ਮਾਰਿਆ। ਉਹ ਤੋਂ ਬਾਅਦ ਵਿੱਚ ਮੇਰੇ 10,000 ਰੁਪਈਆ ਖੋਇਆ ਅਤੇ ਮੇਰੇ ਮੋਟਰਸਾਈਕਲ ਦੇ ਕੋਈ ਜ਼ਰੂਰੀ ਕਾਗਜ਼ਾਤ ਸੀਗੇ ਜੀ, ਉਹ ਖੋਹ ਲਏ। ਵਿੱਚ ਮੇਰਾ ਲਾਇਸੈਂਸ ਸੀ, ਸਾਰਾ ਕੁਛ ਜੀ ਉੱਥੇ ਖੋਲਿਆ ਅਤੇ ਉਹ ਤੋਂ ਬਾਅਦ ਵਿੱਚ ਫਰਾਡ ਹੋ ਗਿਆ। ਮੋਬਾਈਲ ਵੀ ਸੀਗਾ? ਮੋਬਾਈਲ ਵੀ ਸੀਗਾ ਜੀ, J2 ਫੋਨ ਸੀ। ਪਛਾਣ ਕੋਈ ਪਛਾਣਿਆ ਤੁਸੀਂ ਉਹਨਾਂ ਦੀ ਜੀ? ਸ਼ਕਲ ਨਹੀਂ ਮੈਨੂੰ ਚੰਗੀ ਤਰ੍ਹਾਂ ਪਛਾਣ ਹੋਏ ਆ, ਪਰ ਜੇ ਸਾਹਮਣੇ ਮੇਰੇ ਆ ਜਾਣ ਤਾਂ ਫਿਰ ਤਾਂ ਮੈਂ ਪਛਾਣ ਸਕਦਾ। ਪੁਲਿਸ ਨੂੰ ਦੱਸ ਸਕਦੇ? ਅਤੇ ਪੁਲਿਸ ਰਿਪੋਰਟ ਕੀਤੀ ਹੋਈ ਹੈ ਜੀ, ਉੱਥੇ ਦਰਖਾਸਤ ਦੇ ਜਾਂਦੇ ਸੀਗੇ।